ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਤੋਂ ਦੱਸਦੀ ਹੈ ਕਿ ਪੁੱਛਗਿੱਛ ਕੀਤੀ ਗਈ ਹੈ ਤਾਂ ਸੀਆਈਐਸਐਫ ਨੇ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ। ਹਾਲੇ ਤੱਕ FIR ਦਰਜ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਏਅਰਪੋਰਟ ਤੇ ਲੱਗੇ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ। ਘਟਨਾ ਦਾ ਕੌਮੀ ਮਹਿਲਾ ਕਮਿਸ਼ਨ ਨੇ ਵੀ ਦੱਸਿਆ ਕਿ ਨੋਟਿਸ ਲੈ ਲਿਆ ਹੈ ਤਾਂ NCW ਨੇ ਕੁਲਵਿੰਦਰ ਕੌਰ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਕੁਲਵਿੰਦਰ ਕੌਰ ਨੂੰ ਵੀਡੀਓ ਦੇ ਵਿੱਚ ਸੁਣਿਆ ਜਾ ਸਕਦਾ ਹੈ ਕਿ ਉਹ ਕਹਿ ਰਹੀ ਹੈ ਕਿ ਕੰਗਨਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਧਰਨੇ 'ਤੇ ਬੈਠੀਆਂ ਮਹਿਲਾਵਾਂ ਨੂੰ ਲੈ ਕੇ ਗਲਤ ਬਿਆਨਬਾਜ਼ੀ, ਜਿਸ ਤੋਂ ਨਾਰਾਜ਼ ਹੋ ਕੇ ਉਸਨੇ ਕੰਗਨਾ ਨੂੰ ਥੱਪੜ ਮਾਰਿਆ ਹੈ। ਔਰ ਕੁਲਵਿੰਦਰ ਕੌਰ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੀ ਮਾਂ ਉਸ ਧਰਨੇ ਦੇ ਵਿੱਚ ਬੈਠੀ ਸੀ ਤਾਂ ਫਿਰ 100-100 ਰੁਪਏ ਵਾਲਾ ਜਿਹੜਾ ਬਿਆਨ ਦਿੱਤਾ ਗਿਆ ਤਾਂ ਇਸ ਕਰਕੇ ਉਹਨਾਂ ਨੇ ਇਸ ਥੱਪੜ ਮਾਰਿਆ ਹੈ। ਤਾਂ ਦੱਸ ਦਈਏ ਕਿ ਕੱਲ੍ਹ ਇਹ ਸਾਰੀ ਘਟਨਾ ਵਾਪਰੀ ਚੰਡੀਗੜ੍ਹ ਏਅਰਪੋਰਟ 'ਤੇ ਵਾਪਰੀ। ਹਾਲਾਂਕਿ ਹਾਲ ਹੀ ਦੇ ਵਿੱਚ ਨਤੀਜੇ ਆਏ ਨੇ, ਮੰਡੀ ਤੋਂ ਕੰਗਨਾ ਰਣੌਤ ਸਾਂਸਦ ਚੁਣੇ ਗਏ ਨੇ, ਜੇਤੂ ਕਰਾਰ ਹੋਏ ਨੇ, ਜਿਸ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ 'ਤੇ ਆ ਰਹੇ ਸਨ ਔਰ ਚੈਕਿੰਗ ਦੇ ਦੌਰਾਨ ਇਸ ਸਾਰੀ ਘਟਨਾ ਵਾਪਰੀ। ਕੁਲਵਿੰਦਰ ਕੌਰ ਸਾਫ਼ ਤੌਰ 'ਤੇ ਬੋਲਦੇ ਹੋਏ ਬਾਅਦ ਦੇ ਵਿੱਚ ਨਜ਼ਰ ਆਏ ਨੇ ਔਰ ਦੱਸ ਦਈਏ ਕਿ ਉਹਨਾਂ ਨੇ ਜਦੋਂ ਥੱਪੜ ਮਾਰਿਆ ਉਸ ਤੋਂ ਬਾਅਦ ਦਾ ਇਹ ਸਾਰਾ ਬਿਆਨ ਉਹਨਾਂ ਨੇ ਦਿੱਤਾ ਹੈ। ਉਹਨਾਂ ਨੇ ਵਜ੍ਹਾ ਦੱਸੀ ਹੈ ਕੁਲਵਿੰਦਰ ਕੌਰ ਨੇ ਕਿ ਆਖਿਰਕਾਰ ਕਿਉਂ ਉਸਨੇ ਕੰਗਨਾ ਰਣੌਤ ਦੇ ਥੱਪੜ ਮਾਰਿਆ ਹੈ। ਸਿਟਿੰਗ MP ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਦੱਸਦੀ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਬਿਆਨ ਦਿੱਤਾ ਗਿਆ ਤਾਂ ਉਸਨੂੰ ਲੈ ਕੇ ਬੇਹੱਦ ਨਿਖੇਧੀ ਹੋਈ ਸੀ। ਔਰ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਔਰ ਹੁਣ ਦੇਸ਼ ਦੁਨੀਆ 'ਚ ਆਪਣਾ ਨਾਮ ਚਮਕਾਉਣ ਵਾਲੇ ਦਿਲਜੀਤ ਦੋਸਾਂਝ ਦੇ ਨਾਲ ਵੀ ਦੱਸਦੀ ਕਿ ਕਈ ਵਾਰ ਟਵੀਟ ਦੇ ਰਾਹੀਂ ਜਿਹੜੀ ਬਿਆਨਬਾਜ਼ੀ ਹੈ ਉਲਝਦੇ ਹੋਏ ਕੰਗਨਾ ਰਣੌਤ ਨਜ਼ਰ ਆਏ ਨੇ ਤਾਂ ਹਮੇਸ਼ਾ ਇਸ ਕਿਸਮ ਦੇ ਨਾਲ ਸੁਰਖੀਆਂ 'ਚ ਰਹੇ ਨੇ। ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਮਨੋਜ, ਕੱਲ੍ਹ ਜੋ ਘਟਨਾ ਵਾਪਰੀ, ਕੰਗਨਾ ਰਣੌਤ ਨੂੰ ਥੱਪੜ ਮਾਰਿਆ ਕੁਲਵਿੰਦਰ ਕੌਰ ਨੇ, CISF ਮੁਲਾਜ਼ਮ ਨੇ, ਤਾਂ ਅੱਜ ਹੁਣ ਤੱਕ ਕੀ ਕੁਝ ਜਾਣਕਾਰੀ ਹੈ, ਕੀ ਕੁਝ ਐਕਸ਼ਨ ਹੋਇਆ ਹੈ? ਕਿਉਂਕਿ FIR ਦਰਜ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ, ਪਰ ਇੰਨੀ ਜਾਣਕਾਰੀ ਹੈ ਕਿ ਪੁੱਛਗਿੱਛ ਕਰ ਰਹੀ ਹੈ ਪੁਲਿਸ ਉਹਨਾਂ ਤੋਂ। ਦੇਖੋ ਗੁਰਜੋਤ, ਇਹਦੇ ਵਿੱਚ ਹੁਣ 2-3 ਚੀਜ਼ਾਂ ਬਹੁਤ ਅਹਿਮ ਹੈ। ਹਾਲਾਂਕਿ CISF ਵੱਲੋਂ ਇੱਕ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ ਔਰ ਦੇਰ ਰਾਤ ਲਗਾਤਾਰ ਇਨਵੈਸਟੀਗੇਸ਼ਨ ਕੀਤੀ ਗਈ ਹੈ। ਇਹਦੇ ਵਿੱਚ CCTV ਜਿਹੜੇ ਹੈ, ਜਿੱਥੇ ਇੰਟਰਨਲ ਸਿਕਿਉਰਿਟੀ ਸੀ, ਜਿੱਥੇ ਜਿੰਨਾ ਵੀ ਵਿਵਾਦ ਹੋਇਆ ਉੱਥੇ ਸਾਰੀ CCTV ਆਪਣੇ ਕਬਜ਼ੇ 'ਚ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਹਾਲਾਂਕਿ ਹਜੇ ਇਹਦੇ ਵਿੱਚ ਮਾਮਲਾ ਦਰਜ ਨਹੀਂ ਹੋਇਆ ਜਿਹੜੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਔਰ ਪੁਲਿਸ ਇਹ ਸਾਫ਼ ਤੌਰ 'ਤੇ ਕਹਿੰਦੀ ਨਜ਼ਰ ਆ ਰਹੀ ਹੈ ਕਿ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ। ਦੂਜੀ ਗੱਲ, CISF ਦੇ ਜਿਹੜੇ ਸੀਨੀਅਰ ਅਧਿਕਾਰੀ ਨੇ ਦਿੱਲੀ ਤੋਂ ਪਹੁੰਚ ਚੁੱਕੇ ਸੀ, ਰਾਤ ਨੂੰ ਦਿੱਲੀ ਤੋਂ ਵੀ ਅਧਿਕਾਰੀ ਪਹੁੰਚੇ ਨੇ ਔਰ ਪੂਰਾ ਜਿੰਨਾ ਵੀ ਜਿਹੜਾ ਕੱਲ ਵਿਵਾਦ ਹੋਇਆ ਹੈ ਕੰਗਨਾ ਰਣੌਤ ਦੇ ਨਾਲ ਔਰ ਜਿਹੜੀ ਕੁਲਵਿੰਦਰ ਕੌਰ ਹੈ, ਉਹ ਪੂਰੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਇੰਟਰਨਲ, ਕਿਉਂਕਿ ਸਿਕਿਉਰਿਟੀ ਦਾ ਮੈਟਰ ਹੈ। ਏਅਰਪੋਰਟ ਦੀ ਅੰਦਰ ਦੀ ਸਿਕਿਉਰਿਟੀ ਪੂਰੀ CISF ਦੇ ਕੋਲ ਹੁੰਦੀ ਹੈ, ਇਸ ਕਰਕੇ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿਉਂਕਿ ਵਿਵਾਦ ਹੁਣ ਕੱਲ੍ਹ ਕਾਫੀ ਵਧਿਆ। ਜਿਸ ਤਰ੍ਹਾਂ ਕਿਸਾਨਾਂ ਵੱਲੋਂ ਵੀ ਬਿਆਨਬਾਜ਼ੀ ਹੋਈ ਲਗਾਤਾਰ, ਕੰਗਨਾ ਰਣੌਤ ਵੱਲੋਂ ਵੀ ਬਿਆਨਬਾਜ਼ੀ ਹੋਈ ਔਰ ਉਸ ਤੋਂ ਬਾਅਦ CISF ਵੱਲੋਂ ਉਹਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਕਿ ਆਖਿਰ ਇਹ ਆਖਿਰ ਹੋਇਆ ਕੀ ਸੀ। ਉਸ ਤੋਂ ਬਾਅਦ ਉਹਨੂੰ ਸਸਪੈਂਡ ਵੀ ਕਰ ਦਿੱਤਾ ਗਿਆ, ਉਹਦੇ ਖਿਲਾਫ਼ ਡਿਪਾਰਟਮੈਂਟਲ ਇੰਕੁਆਇਰੀ ਵੀ ਖੋਲ ਦਿੱਤੀ ਗਈ ਹੈ CISF ਵੱਲੋਂ। ਤੇ ਹੁਣ ਦੇਖਣਾ ਹੋਵੇਗਾ ਕਿ ਇਹਦੇ ਵਿੱਚ ਹੋਰ ਸਖ਼ਤ ਐਕਸ਼ਨ ਕੀ ਹੁੰਦਾ ਹੈ, ਕਿਉਂਕਿ ਪੁਲਿਸ ਨੇ ਅਜੇ ਤੱਕ ਕੋਈ ਮਾਮਲਾ ਇਸ ਪੂਰੇ ਐਪੀਸੋਡ ਦੇ ਵਿੱਚ ਦਰਜ ਨਹੀਂ ਕੀਤਾ ਗਿਆ। ਜੀ
ਮਨੋਜ, ਮਾਮਲਾ ਅਸੀਂ ਕਹਿ ਸਕਦੇ ਥੋੜ੍ਹਾ ਸੈਂਸਿਟਿਵ ਹੁੰਦਾ ਜਾ ਰਿਹਾ ਹੈ, ਕਿਉਂਕਿ ਜਦੋਂ ਕਿਸਾਨ ਜਥੇਬੰਦੀਆਂ ਇਹ ਕਹਿ ਦੇਣ ਕਿ ਅਸੀਂ ਤਿੱਖਾ ਸੰਘਰਸ਼ ਕਰਾਂਗੇ ਜੇਕਰ ਕੋਈ ਵੀ ਆਂਚ ਪਰਿਵਾਰ ਨੂੰ ਆਉਂਦੀ ਹੈ, ਪਰਿਵਾਰ ਇੱਥੋਂ ਤੱਕ ਮੰਗ ਕਰ ਰਿਹਾ ਕਿ ਇਹਨਾਂ ਦੇ ਪਤੀ ਦਾ, ਇਹਨਾਂ ਦੇ ਬੱਚਿਆਂ ਦਾ ਕੋਈ ਪਤਾ ਨਹੀਂ ਹੈ ਉਹ ਕਿੱਥੇ ਨੇ, ਇੱਕ ਪਾਸੇ ਉਹ ਹੈ ਔਰ ਦੂਸਰੇ ਪਾਸੇ ਬਿਆਨਬਾਜ਼ੀ ਹੋ ਰਹੀ ਹੈ। ਮਹਿਲਾ ਕਮਿਸ਼ਨ ਨੇ, ਕੌਮੀ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਲਿਆ ਔਰ ਕਿਹਾ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਅਸੀਂ ਕਹਿ ਸਕਦੇ ਕਿ ਮਾਮਲਾ ਸੈਂਸਿਟਿਵ ਵੀ ਹੈ ਔਰ ਮਾਮਲਾ ਇਸ ਵੇਲੇ ਕਾਫੀ ਭਖਦਾ ਵੀ ਨਜ਼ਰ ਆ ਰਿਹਾ ਹੈ। ਚੰਡੀਗੜ੍ਹ 'ਚ ਘਟਨਾ ਹੁੰਦੀ ਹੈ, ਗੂੰਜ ਪੂਰੇ ਦੇਸ਼ ਦੇ ਵਿੱਚ ਹੈ। ਔਰ ਇੱਕ ਹੋਰ ਸਵਾਲ, DSP ਨੂੰ ਜਦੋਂ ਤੁਸੀਂ ਗੱਲ ਕਰਨ ਦੀ ਕੱਲ੍ਹ ਕੋਸ਼ਿਸ਼ ਕੀਤੀ ਸੀ ਤਾਂ ਉਹ ਵੀ ਕੋਈ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਪੁਖਤਾ ਬਿਆਨ ਦਿੰਦੇ ਹੋਏ, ਜਵਾਬ ਦਿੰਦੇ ਹੋਏ ਨਜ਼ਰ ਨਹੀਂ ਆਏ। ਦੇਖੋ ਗੁਰਜੋਤ, ਕਿਉਂਕਿ ਮਾਮਲਾ ਹੁਣ ਬਿਲਕੁਲ ਸੈਂਸਿਟਿਵ ਹੋ ਚੁੱਕਿਆ ਹੈ, ਮਾਮਲਾ ਹਾਈ ਪ੍ਰੋਫਾਈਲ ਸੀਗਾ ਔਰ ਕਾਫੀ ਜ਼ਿਆਦਾ ਕੁਛ ਹੀ ਦੇਰ ਦੇ ਵਿੱਚ ਇਹ ਮਾਮਲਾ ਕਾਫੀ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਾ ਸੀਗਾ, ਕਿਉਂਕਿ ਕੰਗਨਾ ਰਣੌਤ ਨੂੰ ਲੈ ਕੇ ਇਹ ਪੂਰਾ ਮਾਮਲਾ ਸੀ ਔਰ ਜਿਸ ਤਰ੍ਹਾਂ ਕਿਸਾਨੀ ਦਾ ਇਹਦੇ ਵਿੱਚ ਐਂਗਲ ਸਾਹਮਣੇ ਆ ਚੁੱਕਿਆ ਸੀਗਾ, ਕੁਲਵਿੰਦਰ ਕੌਰ ਦੀ ਵੀਡੀਓ ਸਾਹਮਣੇ ਆਈ ਸੀ, ਆਪਸ ਦੀ ਬਹਿਸਬਾਜ਼ੀ ਦੀ ਵੀਡੀਓ ਸਾਹਮਣੇ ਆਈ ਸੀ ਔਰ ਉਸ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਜਿਸ ਤਰ੍ਹਾਂ ਆਪਦਾ ਬਿਆਨਬਾਜ਼ੀ ਕੀਤਾ, ਤਾਂ ਕਿਤੇ ਨਾ ਕਿਤੇ ਪੁਲਿਸ 'ਤੇ ਵੀ ਇੱਕ ਬਹੁਤ ਵੱਡਾ ਪ੍ਰੈਸ਼ਰ ਹੋ ਜਾਂਦਾ ਹੈ, ਕਿਉਂਕਿ ਹਰ ਚੀਜ਼ ਨੂੰ ਦੇਖ ਕੇ, ਹਰ ਚੀਜ਼ ਨੂੰ ਇਨਵੈਸਟੀਗੇਸ਼ਨ ਕਰਕੇ ਹੀ ਅੱਗੇ ਦੀ ਕਾਰਵਾਈ, ਅੱਗੇ ਜਿਸ ਤਰ੍ਹਾਂ ਦਾ ਡਿਸੀਜ਼ਨ ਲੈਣਾ ਹੈ ਉਹ ਕੀਤਾ ਜਾਂਦਾ ਹੈ। ਕਿਉਂਕਿ ਕੱਲ ਕਿਸਾਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ, ਹਾਲਾਂਕਿ ਇਹ ਵੀ ਸਾਹਮਣੇ ਆਇਆ ਸੀਗਾ ਕਿ ਕਿਸਾਨਾਂ ਵੱਲੋਂ ਧਰਨਾ ਵੀ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਲੇਕਿਨ ਹਾਲਾਂਕਿ ਕੋਈ ਕਿਸਾਨ ਨਹੀਂ ਪਹੁੰਚਿਆ ਸੀਗਾ, ਕਿਸੇ ਤਰ੍ਹਾਂ ਦਾ ਕੋਈ ਧਰਨਾ ਨਹੀਂ ਲੱਗਿਆ, ਲੇਕਿਨ ਪੁਲਿਸ ਵੱਲੋਂ ਜ਼ਰੂਰ ਇੱਕ ਹੋ ਜਾਂਦਾ ਚੈਲੰਜ ਕਿ ਹਰ ਚੀਜ਼ਾਂ ਨੂੰ ਦੇਖਦੇ ਹੋਏ, ਪੂਰਾ ਲਾਅ ਐਂਡ ਆਰਡਰ ਦੇਖਦੇ ਹੋਏ ਕੰਮ ਕਰਨਾ ਹੈ। ਕਿਉਂਕਿ ਕੱਲ ਏਅਰਪੋਰਟ ਦੇ ਨੇੜੇ ਤੇੜੇ ਵੀ ਪੂਰੇ ਨਾਕੇਬੰਦੀ ਕਰ ਦਿੱਤੀ ਗਈ ਸੀ, ਬਾਹਰ ਵੀ ਏਅਰਪੋਰਟ ਦੇ ਨਾਕੇ ਲਾਏ ਗਏ ਸੀਗੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਕੱਠ ਨਾ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਨਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਕਿਸਾਨ ਉੱਥੇ ਨਾ ਪਹੁੰਚੇ, ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀਗਾ ਕੱਲ ਜੇ ਆਪਾਂ ਗੱਲ ਕਰੀਏ। ਇਸ ਕਰਕੇ ਹੁਣ ਪੂਰੀ ਚੀਜ਼ਾਂ ਨੂੰ ਵੇਖਦੇ ਹੋਏ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਔਰ ਪੁਆਇੰਟ ਟੂ ਪੁਆਇੰਟ, ਹਾਲਾਂਕਿ ਕੁਲਵਿੰਦਰ ਕੌਰ ਕਿੱਥੇ ਹੈ CSF ਵੱਲੋਂ, ਕਿਉਂਕਿ CSF ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਹੈ, ਲੇਕਿਨ ਪੁਲਿਸ ਜ਼ਰੂਰ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਔਰ ਪੁਲਿਸ ਕੋਲ ਕੁਲਵਿੰਦਰ ਕੌਰ ਨਹੀਂ ਮੌਜੂਦ ਹੈ ਔਰ ਕੁਲਵਿੰਦਰ ਕੌਰ CSF ਦੇ ਅਧਿਕਾਰੀ ਹੈ, ਉਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ, ਉਹਨਾਂ ਨੇ ਪੁੱਛਗਿੱਛ ਜਿਹੜੀ ਉਹ ਕੀਤੀ ਗਈ ਹੈ, ਕਿਉਂਕਿ ਦਿੱਲੀ ਤੋਂ ਵੀ ਅਫਸਰ ਪਹੁੰਚੇ ਨੇ। ਜੀ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤਮਾਮ ਜਾਣਕਾਰੀ ਲਈ, ਧੰਨਵਾਦ ਹੈ। ਤਾਂ ਦੱਸ ਦਈਏ ਕਿ CISF ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਇਹ ਮੁਲਾਜ਼ਮ ਕੁਲਵਿੰਦਰ ਕੌਰ, ਹੁਣ ਇਹ ਜਾਣਕਾਰੀ ਹੁਣ ਤੱਕ ਇਹੀ ਹੈ ਕਿ FIR ਕੋਈ ਦਰਜ ਨਹੀਂ ਹੋਈ ਹੈ, ਪਰ CISF ਦੇ ਵੱਲੋਂ ਜ਼ਰੂਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਤਾਂ ਕੁੱਲ ਮਿਲਾ ਕੇ ਇਹ ਸਾਰਾ ਘਟਨਾਕ੍ਰਮ ਹੈ, ਉਸ ਮੌਕੇ ਦੀ ਇਹ ਵੀਡੀਓ ਜਿਹੜੀ ਹੈ ਕੁਝ ਸੈਕਿੰਡ ਦੀ ਸਾਹਮਣੇ ਆਈ ਹੈ, ਪਰ ਇਹ ਵੀ ਜਾਣਕਾਰੀ ਹੈ ਕਿ ਪੁਲਿਸ ਔਰ ਨਾਲ ਹੀ ਹੋਰ ਟੀਮਾਂ ਜਿਹੜੀਆਂ ਨੇ ਉਹ CCTV ਸਾਰੇ ਖੰਗਾਲ ਰਹੀਆਂ ਨੇ, ਕਿਉਂਕਿ ਪਰਿਵਾਰ ਦੀ ਜੋ ਸਟੇਟਮੈਂਟ ਆ ਰਹੀ ਹੈ ਤਾਂ ਉਸ ਨੂੰ ਧਿਆਨ 'ਚ ਰੱਖਦੇ ਹੋਏ ਸਾਰਾ ਘਟਨਾਕ੍ਰਮ ਦੇਖਿਆ ਜਾਏਗਾ ਕਿ ਆਖਿਰਕਾਰ ਅਜਿਹੀ ਵਜ੍ਹਾ ਕੀ ਬਣ ਗਈ ਇਕਦਮ, ਕਿ ਜੋ ਕਿਸਾਨੀ ਅੰਦੋਲਨ 'ਚ ਦਿੱਤਾ ਬਿਆਨ ਸਿਰਫ ਉਹੀ ਇੱਕ ਵਜ੍ਹਾ ਰਹੀ ਹੈ, ਕੁਛ ਉੱਥੇ ਵੀ ਹੋਇਆ ਸੀ। ਥੱਪੜ ਕਾਂਡ ਤੋਂ ਬਾਅਦ ਕੰਗਨਾ ਦੇ ਬਿਆਨ ਤੇ ਬਵਾਲ ਹੁੰਦਾ ਹੋਇਆ ਨਜ਼ਰ ਆ ਰਿਹਾ, ਅਕਾਲੀ ਦਲ ਨੇ ਕੰਗਨਾ ਦੇ ਬਿਆਨ ਤੇ ਸਵਾਲ ਚੁੱਕੇ ਔਰ ਪੰਜਾਬੀਆਂ ਨੂੰ ਅੱਤਵਾਦੀ ਜਾਂ ਉਗਰਵਾਦੀ ਕਹਿ ਕੇ ਬਦਨਾਮ ਕਰ ਨਾ ਕਰੋ, ਹਰਸਿਮਰਤ ਕੌਰ ਬਾਦਲ ਨੇ ਇਹ ਕਿਹਾ ਹੈ। ਹਰਸਿਮਰਤ ਕੌਰ ਬਾਦਲ ਵੀ ਹਾਲ ਹੀ 'ਚ ਦੱਸੀਏ ਕਿ ਮੈਂਬਰ ਪਾਰਲੀਮੈਂਟ ਬਠਿੰਡਾ ਤੋਂ ਚੁਣੇ ਗਏ ਨੇ, ਹੋਈ ਹੈ ਤਾਂ ਇਹ ਕੰਗਨਾ ਖਿਲਾਫ ਪੰਜਾਬੀਆਂ ਦੇ ਗੁੱਸੇ ਦਾ ਨਤੀਜਾ ਹੈ, ਵਿਕਰਮ ਮਜੀਠੀਆ ਨੇ ਕਿਹਾ ਹੈ ਔਰ ਨਾਲ ਹੀ ਉਹਨਾਂ ਕਿਹਾ ਕਿ ਕੁੜੱਤਣ ਵਾਲੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ। SGPC ਪ੍ਰਧਾਨ ਹਰਜਿੰਦਰ ਧਾਮੀ ਦੇ ਵੀ ਸਵਾਲ ਚੁੱਕੇ ਨੇ,
ਕੰਗਣਾ ਨੇ ਪੰਜਾਬੀਆਂ ਦੇ ਖਿਲਾਫ ਨਫ਼ਰਤ ਟਿੱਪਣੀ ਕੀਤੀ ਹੈ। ਧਾਮੀ ਨੇ ਕਿਹਾ ਹੈ ਤਾਂ ਕੰਗਣਾ ਦੀ ਪੰਜਾਬ ਵਿਰੋਧੀ ਮਾਨਸਿਕਤਾ ਨਜ਼ਰ ਆਉਂਦੀ ਹੈ, ਇਹ ਵੀ ਕਹਿ ਰਹੇ ਉਹ ਆਪਣੀ ਬਿਆਨ ਤੇ। ਉਹਨੇ ਕਿਹਾ ਕਿ ਕੰਗਣਾ ਆਪਣੀ ਜ਼ੁਬਾਨ ਤੋਂ ਅੱਤਵਾਦ ਫੈਲਾ ਰਹੀ ਹੈ। ਕੱਲ੍ਹ ਕੰਗਣਾ ਨੇ ਕਿਹਾ ਸੀ ਕਿ ਪੰਜਾਬ 'ਚ ਅੱਤਵਾਦ ਫੈਲ ਰਿਹਾ, ਵੱਧ ਰਿਹਾ। ਥੱਪੜ ਕਾਂਡ ਤੋਂ ਬਾਅਦ ਕੰਗਣਾ ਰਣੌਤ ਨੇ ਇਹ ਬਿਆਨ ਦਿੱਤਾ ਸੀ। ਹਰਸਿਮਰਤ ਕੌਰ ਬਾਦਲ ਟਵੀਟ ਕਰਦੇ ਨੇ, ਉਹ ਲਿਖਦੇ ਨੇ ਕਿ ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵਾਲੇ ਪਾਸੇ ਧਿਆਨ ਦੇਣ ਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰਦੀ ਹਾਂ। ਪੰਜਾਬੀਆਂ ਨੂੰ ਅੱਤਵਾਦੀ ਜਾਂ ਉਗਰਵਾਦੀ ਦਾ ਲੇਬਲ ਲਗਾਉਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਣੀ ਚਾਹੀਦੀ ਔਰ ਪੰਜਾਬੀ ਦੇਸ਼ ਭਗਤੀ ਸਭ ਤੋਂ ਅੱਗੇ ਨੇ ਸਰਹੱਦਾਂ ਦੀ। ਤਾਂ ਆਖਿਰਕਾਰ ਕੀ ਕੁਝ ਕਿਹਾ ਗਿਆ ਹੈ, ਕਿਉਂਕਿ ਟਵੀਟ ਜਿਹੜੇ ਨੇ ਉਹ ਸਾਹਮਣੇ ਆਏ ਨੇ। ਵਿਕਰਮ ਮਜੀਠੀਆ ਨੇ ਵੀ ਟਵੀਟ ਕੀਤਾ, ਹਰਸਿਮਰਤ ਬਾਦਲ ਨੇ ਵੀ ਟਵੀਟ ਕੀਤਾ ਔਰ ਬਿਆਨ ਕੀ ਹੈ ਕੰਗਣਾ ਰਣੌਤ ਦਾ ਜੋ ਉਹਨਾਂ ਨੇ ਦਿੱਤਾ ਅੱਤਵਾਦੀ ਔਰ ਉਗਰਵਾਦੀ ਜ਼ਿਕਰ ਕਰਦੇ ਹੋਏ, ਉਹ ਸੁਣਦੇ ਆ ਪਹਿਲਾਂ। ਨਮਸਤੇ ਦੋਸਤੋ, ਮੁਝੇ ਬਹੁਤ ਜ਼ਿਆਦਾ ਫੋਨ ਕਾਲਸ ਆ ਰਹੇ ਹੈ ਮੀਡੀਆ ਕੇ ਵੀ ਔਰ ਮੇਰੇ ਸ਼ੁਭ ਚਿੰਤਕੋਂ ਕੇ ਵੀ। ਸਭ ਸੇ ਪਹਿਲੇ ਤੋ ਆਈ ਐਮ ਸੇਫ, ਆਈ ਐਮ ਪਰਫੈਕਟਲੀ ਫਾਈਨ। ਆਜ ਚੰਡੀਗੜ੍ਹ ਏਅਰਪੋਰਟ ਪੇ ਜੋ ਹਾਦਸਾ ਹੁਆ ਵੋ ਸਿਕਿਉਰਿਟੀ ਚੈੱਕ ਕੇ ਸਾਥ ਮੇਂ ਹੁਆ। ਵਹਾਂ ਪੇ ਮੈਂ ਸਿਕਿਉਰਿਟੀ ਚੈੱਕ ਕਰਕੇ ਜੈਸੇ ਹੀ ਨਿਕਲੀ ਤੋ ਦੂਸਰੇ ਕੈਬਿਨ ਮੇਂ ਜੋ ਮਹਿਲਾ ਥੀ, ਜੋ ਸੁਰੱਖਿਆ ਕਰਮਚਾਰੀ ਥੀ ਸੀ ਆਈ ਐਸ ਐਫ ਕੀ, ਉਹਨੇ ਮੇਰੇ ਉਨਕੇ ਪਾਸ ਯਾ ਉਨਕੋ ਕ੍ਰੋਸ ਕਰਨੇ ਕਾ ਇੰਤਜ਼ਾਰ ਕੀਆ ਔਰ ਸਾਈਡ ਸੇ ਆਕਰ ਜੋ ਮੁਝੇ ਮੇਰੇ ਫੇਸ ਪੇ ਹਿੱਟ ਕੀਆ ਔਰ ਗਾਲੀਆਂ ਦੇਣੇ ਲੱਗੀ। ਔਰ ਜਬ ਮੈਂ ਉਨਕੋ ਪੂਛਾ ਕਿ ਉਹਨਾਂ ਨੇ ਐਸਾ ਕਿਉਂ ਕੀਆ ਤੋ ਉਹਨਾਂ ਨੇ ਕਿਹਾ ਕਿ ਵੋ ਫਾਰਮਰਸ ਪ੍ਰੋਟੈਸਟ ਕੋ ਜੋ ਹੈ ਵੋ ਸਪੋਰਟ ਕਰਤੀ ਹੈ ਔਰ ਆਈ ਐਮ ਸੇਫ, ਬਟ ਮਾਈ ਕੰਸਰਨ ਇਜ਼ ਕਿ ਜੋ ਆਤੰਕਵਾਦ ਔਰ ਉਗਰਵਾਦ ਪੰਜਾਬ ਮੇਂ ਬੜ ਰਹਾ ਹੈ, ਹਾਊ ਡੂ ਵੀ ਹੈਂਡਲ ਦੈਟ। ਥੈਂਕ ਯੂ। ਸੋ ਕੰਗਣਾ ਨੇ ਆਪਣੇ ਵੱਲੋਂ ਇਸ ਘਟਨਾ ਨੂੰ ਅੱਤਵਾਦ ਔਰ ਉਗਰਵਾਦ ਦੇ ਨਾਲ ਜੋੜਿਆ ਔਰ ਇਹ ਜ਼ਿਕਰ ਕੀਤਾ। ਤਾਂ ਹਰਸਿਮਰਤ ਕੌਰ ਬਾਦਲ ਕਹਿ ਰਹੇ ਨੇ ਕਿ ਮੈਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵਾਲੇ ਪਾਸੇ ਧਿਆਨ ਦੇਣ ਅਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਅਪੀਲ ਕਰ ਰਹੀ ਹਾਂ।